ਅਸਲਾਮੁ ਅਲੈਕੁਮ ਸਜਣਾ ਤੇ ਬੈਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ, ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਤੇ ਮਸ਼ਹੂਰ ਵਪਾਰੀ ਸਲਾਮਤ ਅਲੀ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਨ। ਤੇ ਮਾਸ਼ਾਅੱਲਾ ਜੀ, ਬਾਜਵਾ ਸਾਹਿਬ ਨੇ ਅੱਜ ਕਮਾਲ ਕੀਤਾ ਦੋਸਤਾਂ ਵਾਸਤੇ, 10 ਖੂਬਸੂਰਤ ਟਾਪ ਕਲਾਸ ਜਾਨਵਰਾਂ ਦਾ ਸਸਤਾ ਸੇਲ ਮੇਲਾ ਲਾਇਆ, ਕਮ ਅਜ਼ ਕਮ ਕੀਮਤ ਤੇ 2 ਲੱਖ ਤੇ 20,000, 2 ਲੱਖ 20,000 ਤੋਂ ਲੈ ਕੇ ਤੇ 2 ਲੱਖ 90,000 ਦੀ ਰੇਂਜ ਤੱਕ ਜਾਨਵਰ ਨੇ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਬਾਜਵਾ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਮੱਝ ਨੰਬਰ 1 ਤੀਸਰਾ ਸੁਬਾ ਸੋਈ ਹੈ ਫਿਲਹਾਲ ਬੋਲੇ ਤੇ ਤੀਸਰਾ ਹੀ ਦਿਨ ਲਿਬਾਸ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ। ਚੈੱਕ ਕਰੋ ਜੀ ਬਾਜਵਾ ਸਾਹਿਬ ਕਿੰਨਾ ਬੋਲਾ ਦੇ ਰਹੀ ਹੈ। ਬੋਲਾ ਦੇ ਰਹੀ ਹੈ 12 ਕਿਲੋ। 12 ਕਿਲੋ ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ ਜਾਂ ਬੱਚਿਆਂ ਨੂੰ ਭੁਲਾ ਕੇ? ਸਮੇਤ, ਬੱਚੇ ਸਮੇਤ ਦੋਵਾਂ ਟਾਈਮਾਂ ਦਾ ਟੋਟਲ 12 ਕਿਲੋ। ਨਸਲ ਚੰਗੀ ਸਿੰਧਣ ਮੈਂ, ਇਹ ਚੈੱਕ ਕਰੋ ਮਾਸ਼ਾਅੱਲਾ ਜੀ ਸਿੰਧਣ ਨਸਲ। ਚਿਹਰਾ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ, ਬੱਗੀ ਮੁੱਛ ਬਿੱਲੀਆਂ ਅੱਖਾਂ, ਬਾਈ ਜਾਨ ਚਿਹਰਾ ਸਾਹਮਣੇ ਕਰੇ, ਦੋਵਾਂ ਅੱਖਾਂ ਦੀ ਰੰਗਤ ਸੇਮ ਹੈ। ਥਾਣ ਵੀ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ, 12 ਕਿਲੋ ਬੋਲਿਆ ਜੀ ਦੋਵਾਂ ਟਾਈਮਾਂ ਦਾ ਟੋਟਲ। ਥਾਣਾ ਐਸੇ ਮੈਂ ਚੈੱਕ ਆ, ਵੇਖੋ ਮੈਂ ਸ਼ਰਾਫਤ ਹੀ ਵੇਖਣੀ ਮਾਸ਼ਾਅੱਲਾ। ਖਚਵਾ ਠੀਕ ਹੈ, ਸੋਹਣਾ ਚਵਾ ਹੈ ਲਿਬਾਸ ਦੋਸਤਾਂ ਦੇ ਸਾਹਮਣੇ। ਬਾਈ ਜਾਤ ਲਾਈਓ, ਕੀ ਜਾ ਪਿੱਛੇ ਦੇ? ਇਹਦੇ ਪਿੱਛੇ ਕੱਟਾ, ਕੱਟਾ ਦੋਸਤਾਂ ਨੂੰ ਵੀ ਚੈੱਕ ਕਰਾਉਂਦੇ ਹਾਂ। ਮੱਝ ਨੰਬਰ 1 ਤੀਸਰਾ ਸੁਆ ਸਿੰਧਣ ਨਸਲ ਹੈ ਫਿਲਹਾਲ ਬੋਲੇ ਤੇ ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ 12 ਕਿਲੋ ਬੋਲਾ। ਪਿੱਛੇ ਕੱਟਾ ਦੋਸਤਾਂ ਨੂੰ ਵੀ ਚੈੱਕ ਕਰਾਉਂਦੇ ਹਾਂ, ਟੋਟਲ 10 ਜਾਨਵਰ ਨੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਲਓ ਜੀ ਦੋਸਤੋ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ। ਕੱਟਾ ਵੀ ਦੋਸਤਾਂ ਵੇਖ ਲੈਣ, ਠੀਕ ਹੈ ਭਾਈ ਜਾਨ ਲੈ ਆਓ ਤੁਸੀਂ ਭਾਈ, ਅੱਗੂ ਜਾ ਰੈਡੀ ਰੱਖਣਾ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਿੱਛੇ ਤਾਂ ਕੱਟਾ ਸੀ, ਅਗਲੇ ਜਾਨਵਰ ਦਾ ਜਾ ਰੈਡੀ ਰੱਖਣਾ ਜੀ। ਬਾਜਵਾ ਸਾਹਿਬ ਮੱਝ ਨੰਬਰ 1 ਦਾ ਰੇਟ, ਇਹਦਾ ਰੇਟ ਜਨਾਬ ਜੀ? ਜੀ 2,35,000। 2,35,000, ਸਿਰਫ 2,35,000 ਸਿਰਫ। ਲਓ ਜੀ ਦੋਸਤੋ ਕੀਮਤ 2,35,000, ਰੇਟ ਫਾਈਨਲ ਫਾਈਨਲ ਨੇ, ਕੋਈ ਲੰਮੀ ਚੋੜੀ ਬਹਿਸ ਨਹੀਂ ਹੋਣੀ। ਕਿਸੇ ਦੋਸਤ ਜੀ ਸਮਝ 'ਚ ਆਉਂਦੇ ਨੇ ਅਤੇ ਸਕਰੀਨ 'ਤੇ ਨੰਬਰ ਆ ਰਿਹਾ, ਰਾਬਤਾ ਕਰ ਸਕਦੇ ਨੇ। ਅੱਗੇ ਆ ਗਈ ਮਾਸ਼ਾਅੱਲਾ ਜੀ ਝੋਟੀ ਨੰਬਰ 2, ਗੱਬਾਂ ਨੇ ਗੱਬਾਂ ਜੀ ਬਾਈ, ਇੱਥੇ ਸਿੱਧੀ ਕਰਕੇ ਖਿਲਾ ਰਹੇ ਹੋ, ਕਿੰਨਵਾਂ ਸੂਆ ਨੇ ਸੁਣਿਆ? ਇਹ ਦੂਸਰਾ ਸੂਆ ਸੁਣਿਆ। ਲਓ ਜੀ ਦੋਸਤੋ ਝੋਟੀ ਨੰਬਰ 2, ਸਿਹਤ ਦੋਸਤਾਂ ਵੇਖ ਲੈਣੀ ਜੀ, ਸਮਝ ਚੈੱਕ ਕਰਨੀ। ਦਿਨ ਕਿੰਨੇ ਕੁ ਲੈਂਦੀ ਹੈ ਵੀ? ਦਿਨ ਕੋਈ 5-7 ਦਿਨ ਲੈਂਦੀ, 5-7 ਦਿਨ ਲੈਂਦੀ ਵੀ, ਜਿਹੜੇ ਦਿਨ ਦੱਸੀ ਦਿਨ ਕੋਈ 2-4 ਦਿਨ ਉੱਤੇ ਥੱਲੇ ਹੋ ਸਕਦੇ ਨੇ। ਥਾਣ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ, ਲਿਬਾਸ ਵੇਖ ਲੈਣਾ, ਸਿਹਤ ਅੱਛੀ ਚੀਜ਼ ਜੀ ਨਹੀਂ ਵੀ ਥਾਣ ਚੰਗਾ ਮੁੱਖੀ ਥਾਣ ਹੈ ਠੀਕ। ਆਹ ਚੈੱਕ ਕਰੋ ਮਾਸ਼ਾਅੱਲਾ, ਆ ਵੀ ਸਿੰਧਾਂ ਨੇ। ਹਾਂਜੀ ਇਹ ਵੀ ਸਿੰਧਾਂ ਨੇ ਬਾਈ, ਇਹਦਾ ਚਿਹਰਾ ਸਾਹਮਣੇ ਕਰਿਓ। ਲਓ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਕਾਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗਤ ਸੇਮ, ਸਿੰਧਨ ਨਸਲ ਵੱਡੀ ਜੀ ਸਾਮਤ ਤੇ ਪਸ਼ਮ ਵੀ ਚੈੱਕ ਕਰਨੀ ਹੈ। ਥਣ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ, 5-7 ਦਿਨ ਲੈਂਦੀ ਹੈ ਵੀ। ਦੂਸਰਾ ਸੁਆ ਸੋਹਣਾ, ਬਰੀਕ ਪੁਸ਼ਰ ਲਿਆ ਰਿਹਾ ਭਾਈ ਇੱਥੇ ਜ਼ਰਾ। ਲਓ ਜੀ ਦੋਸਤੋ ਲਾਮ ਹਾਈਟ ਮੁਕੰਮਲ ਨਜ਼ਾਰਾ ਕਰ ਲੈਣਾ ਮਾਸ਼ਾਅੱਲਾ ਜੀ, ਸਿੰਧਨ ਨਸਲ ਤੇ ਥਣ ਵੀ ਦੋਸਤਾਂ ਵੇਖਣੇ ਨੇ। ਇਹ ਚੈੱਕ ਕਰ ਲਓ ਜੀ, ਤੇ ਧੁੰਨੀ ਦਾ ਵੀ ਨਿਸ਼ਾਨੀ ਹੈ। ਟੋਰੋ ਭਾਈ ਜਾਨ, ਲਓ ਜੀ ਦੋਸਤੋ ਆ ਬਿਲਕੁਲ ਜੀ ਨਾ ਹੁੰਦੇ ਬਰਾਬਰ, ਐਵੇਂ ਨਿਸ਼ਾਨੀ ਹੈ, ਬਰੀਕੀਆਂ ਨਸਲ ਜ਼ਾਤ ਦੋਸਤਾਂ ਨੂੰ ਚੈੱਕ ਕਰਾ ਦਿੱਤੀ ਹੈ। ਦੂਸਰਾ ਸੂਆ ਨੇ ਸੁਣਿਆ, ਗੱਬਨ ਝੋਟੀ ਹੈ ਮਾਸ਼ਾਅੱਲਾ ਜੀ, ਹੋਰ ਵੀ ਦੋਸਤਾਂ ਵੇਖ ਲੈਣੀ ਜੀ। ਬਾਜਵਾ ਸਾਹਿਬ ਝੋਟੀ ਨੰਬਰ 2 ਦਾ ਰੇਟ, ਇਹਦਾ ਜਨਾਬ 2,80,000 ਰੁਪਈਆ। 2,80,000 ਠੀਕ ਹੈ, ਗੱਬਣ ਹੈ ਜੀ। ਦੂਸਰਾ ਸੂਆ ਨੇ ਸੁਣਿਆ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਕੀਮਤ ਡਿਮਾਂਡ 2,80,000। ਲਿਬਾਸ ਫਿਰ ਵੇਖਣਾ, ਸੋਹਣਾ ਲਿਬਾਸ ਕਰ ਗਈ, 5-7 ਦਿਨ ਲੈਂਦੀ ਹੈ ਵੀ। ਅੱਗੇ ਮਾਸ਼ਾਅੱਲਾ ਜੀ ਪਹਿਲਵਾਨ ਚੀਜ਼ ਆ ਗਈ ਹੈ ਨੰਬਰ 3 ਤੇ, ਸਭ ਤੋਂ ਜ਼ਿਆਦਾ ਲਿਬਾਸ ਆ ਜਦਾ ਹੀ ਹੈ ਦੋਸਤਾਂ, ਚੈੱਕ ਕਰਨਾ ਮਾਸ਼ਾਅੱਲਾ। ਕਿੰਨਵਾਂ ਸੂਆ ਸੂਈ ਹੈ ਜੀ? ਇਹ ਦੂਜਾ ਸੂਆ ਸੂਈ, ਦੂਸਰਾ ਸੂਆ ਸੂਈ ਹੈ ਭਾਈ। ਜਾਤ ਲੈ ਜਾਤ ਖਾੜਾ, ਇੱਧਰ ਖਾੜਾ, ਇੱਧਰ ਬਾਜਵਾ ਸਾਹਿਬ ਕਿਦਾਂ ਦੀ ਸੂਈ ਹੈ?
ਇਹਨੂੰ ਅੱਜ ਚੌਥਾ ਢੰਗ ਜੇ ਠੀਕ ਹੈ ਚੌਥਾ ਦਿਨ ਤੇ ਲਿਬਾਸ ਚੈੱਕ ਕਰਨਾ ਪਿਛਲੀ ਸਾਈਡ ਤੇ ਵਾਜ਼ਿਆ ਤੌਰ ਤੇ ਨਿਕਲਿਆ ਮਾਸ਼ਾਅੱਲਾ ਸਾਰੀਆਂ ਝੋਟੀਆਂ ਦਾ ਇਹੋ ਜਿਹਾ ਲਿਬਾਸ ਨਹੀਂ ਹੁੰਦਾ ਇਹ ਬਰੀਕ ਪੁਸ਼ਲ ਪੁੱਠਾ ਵੀ ਦੋਸਤਾਂ ਵੇਖ ਲੈਣਾ ਕਿੰਨਾ ਬੋਲਾ ਬਜਵਾ ਸਾਹਿਬ ਇਹਦੇ ਕੋਲ ਇਹਦਾ ਬੋਲਾ ਹੋਏਗਾ ਹਾਂ ਮੌਕਿਆ ਮੈਂ ਲਿਬਾਸ ਲੋ ਵੇਖ ਬੰਦਾ ਆਉਂਦਾ ਇੰਜ ਤੇ ਇੰਜ ਉਹ ਨਹੀਂ ਬੋਲਾ ਜਿਹੜਾ ਹੋਣਾ ਉਹ ਦੱਸਣਾ 12 ਕਿਲੋ ਜੀ ਇਹ ਲਾ ਕੇ ਵੇਖ ਕੇ 15 ਵੀ ਕਹਿ ਸਕਦੇ ਹੋ 16 ਵੀ ਕਹਿ ਸਕਦੇ ਬੜੀ ਅੱਛੀ ਗੱਲ ਹੈ ਕਿਉਂਕਿ ਗੱਲਬਾਤ ਜਿਹੜੀ ਹੈ ਦੋਸਤਾਂ ਨੂੰ ਵੀ ਦੱਸਣੀ ਹੈ ਤੋਰ ਭਾਈ ਲੰਮੀ ਰੱਖ ਕੇ ਝੋਟੀ ਨੰਬਰ 3 ਨੇ ਦੂਸਰਾ ਸੁਬਾ ਸੂਈ ਹੈ 12 ਕਿਲੋ ਬੋਲਿਆ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਪਿੱਛੇ ਜਾ ਕੇ ਇਹਦੇ ਪਿੱਛੇ ਜਾ ਕੱਟੀ ਭਾਈ ਲਿਆਓ ਕੱਟੀ ਅੱਗੇ ਆ ਚੈੱਕ ਕਰ ਲਓ ਮਾਸ਼ਾਅੱਲਾ ਜੀ ਕੱਟੀ ਵੀ ਦੋਸਤਾਂ ਵੇਖ ਲੈਣੀ ਹੈ ਝੋਟੀ ਨੰਬਰ 3 ਭਾਈ ਇਹਦਾ ਚਿਹਰਾ ਸਾਹਮਣੇ ਕਰਿਓ ਲਓ ਜੀ ਦੋਸਤੋ ਆ ਚੈੱਕ ਕਰੋ ਮਾਸ਼ਾਅੱਲਾ ਕੱਟੀ ਵੀ ਦੋਸਤਾਂ ਚੈੱਕ ਕਰਨੀ ਹੈ ਝੋਟੀ ਨੰਬਰ 3 ਦੂਸਰਾ ਸੁਬਾ ਸੂਈ ਹੈ ਸ਼ਰਾਫਤ ਵੀ ਚੈੱਕ ਕਰ ਲੈਣੀ ਹੈ ਕਾਲੀਆਂ ਅੱਖਾਂ ਨੇ ਦੋ ਅੱਖਾਂ ਦੀ ਰੰਗਤ ਸੇਮ ਕੰਨੀਆਂ ਸਾਵੇਂ ਕਰਨ ਲਈ ਠੀਕ ਆ ਚੈੱਕ ਕਰ ਲਓ ਮਾਸ਼ਾਅੱਲਾ ਚਿਹਰਾ ਵੀ ਦੋਸਤਾਂ ਵੇਖਣਾ ਭਾਈ ਜਾ ਬੰਨੋ ਤੁਸੀਂ ਭਾਈ ਇੱਥੇ ਖਿਲਾਰਿਓ ਜ਼ਰਾ ਦੋਸਤਾਂ ਨੂੰ ਮੁਕੰਮਲ ਚੈੱਕ ਕਰਾਉਣਾ ਇੱਥੇ ਸਿੱਧੀ ਕਰਕੇ ਖਿਲਾਰੋ ਝੋਟੀ ਨੰਬਰ 3 ਖਿਲਾਰੋ ਭਾਈ ਜਾਨ ਅੱਛਾ ਬਲਵਾ ਸਾਹਿਬ ਜਿਹੜਾ ਦੱਸਦੇ ਹੋ ਕਿ ਟਰੱਕ ਚੜਦੇ ਆ ਜਿਹੜਾ ਮੱਠਾ ਜਿਹਾ ਚੜਦੇ ਆ ਉਹ ਪੱਤਰੀ ਲੱਗੀ ਹੈ ਠੀਕ ਹੈ ਨਾਲ ਨੁਕਸ ਕੋਈ ਨਹੀਂ ਮਸਲਾ ਕੋਈ ਨਹੀਂ ਵਜ਼ਾਹਤ ਕੀਤੀ ਪੱਤਰੀ ਲੱਗੀ ਠੀਕ ਹੈ ਦੋਸਤਾਂ ਨੂੰ ਤਸੱਲੀ ਹੋਈ ਹੈ ਕਿਉਂਕਿ ਮੁਕੰਮਲ ਤਸੱਲੀ ਕਰਾਵਾਂ ਤੇ ਗੱਲਬਾਤ ਜਿਹੜੀ ਹੈ ਦੋਸਤਾਂ ਨੂੰ ਵੀ ਦੱਸਾਂਦੇ ਝੋਟੀ ਨੰਬਰ 3 12 ਕਿਲੋ ਬੋਲਿਆ ਦੋਵਾਂ ਟਾਈਮਾਂ ਦਾ ਟੋਟਲ ਜੀ ਬਾਜਵਾ ਸਾਹਿਬ ਝੋਟੀ 70 ਜ਼ਿੰਦਾਬਾਦ ਲੋ ਜੀ ਦੋਸਤੋ ਕੀਮਤ ਡਿਮਾਂਡ 2,70,000 ਝੋਟੀ ਨੰਬਰ 3 ਸੀ ਅੱਗੇ ਆ ਗਈ ਹੈ ਜੀ ਝੋਟੀ ਨੰਬਰ 4 ਗੱਬਾ ਨੇ ਸੂਈ ਖਿਲਾ ਰਿਹਾ ਭਾਈ ਜਾਨ ਕਿੰਨਵਾਂ ਸੂਆ ਬਾਜਵਾ ਸਾਹਿਬ ਦਾ ਲੋ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਝੋਟੀ ਨੰਬਰ 4 ਥਨ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਧੁੰਨੀ ਵੀ ਦੋਸਤਾਂ ਵੇਖ ਲੈਣੀ ਹੈ ਬਾਜਵਾ ਸਾਹਿਬ ਕਿੰਨਵਾਂ ਸੂਆ ਦਾ ਦੂਸਰਾ ਸੂਆ ਕਿਦਨ ਦੀ ਸੂਈ ਹੈ ਇਹਨੂੰ ਸੂਈ ਨੂੰ ਅੱਜ 7 ਜਾਂ 8 ਦਿਨ ਹੋ ਗਏ ਨਾ ਨਾੜੂ ਨਾਲ ਦੇ ਕੱਟੀ ਹੈ ਪਿੱਛੇ ਠੀਕ ਹੈ ਇਹ ਚੈੱਕ ਕਰ ਲਓ ਜੀ ਝੋਟੀ ਨੰਬਰ 4 ਦੂਸਰਾ ਸੂਆ 7-8 ਦਿਨ ਹੋ ਗਏ ਨੇ ਪਿੱਛੇ ਦੇ ਕੱਟੀ ਹੈ ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਹਾਂ ਕਿੰਨਾ ਦੁੱਧ ਦੇ ਰਹੀ ਹੈ ਇਹ ਦੁੱਧ ਹੋਏਗਾ 10 ਕਿਲੋ ਬਾਈ ਜਾ ਬੰਨੋ ਲਿਆਓ ਜੀ 10 ਕਿਲੋ ਟੋਟਲ ਬੱਚੇ ਸਮੇਤ ਹੀ ਬੱਚੇ ਸਮੇਤ ਠੀਕ ਹੈ ਝੋਟੀ ਨੰਬਰ 4 ਬੋਲੇ ਤੇ ਠੀਕ ਹੈ 10 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਪਿੱਛੇ ਦੇ ਕੱਟੀ ਦੋਸਤਾਂ ਨੂੰ ਵੀ ਚੈੱਕ ਕਰਾ ਦਿੱਤੀ ਹੈ ਝੋਟੀ ਨੰਬਰ 4 ਲਓ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਤੇ ਪੁੱਠਾ ਵੀ ਚੈੱਕ ਕਰਾ ਦਿੰਦੇ ਹਾਂ ਜੀ ਬਾਜਵਾ ਸਾਹਿਬ ਝੋਟੀ ਨੰਬਰ 4 ਦਾ ਰੇਟ ਅੱਜ ਸਰਕਾਰ ਤੁਹਾਨੂੰ ਦੱਸਿਆ ਕਿ ਰੇਟ ਛਿੜਕੋ ਅੱਜ ਦੋਸਤਾਂ ਮੇਲਾ ਹੀ ਲੁੱਟਣਾ 2,05,000 2,05,000 ਹਾਂਜੀ ਜ਼ਿੰਦਾਬਾਦ ਲੋ ਜੀ ਦੋਸਤੋ ਕੀਮਤ ਡਿਮਾਂਡ 2,05,000 ਝੋਟੀ ਨੰਬਰ 4 ਸੀ ਦੂਸਰਾ ਸੂਆ ਮੁਕੰਮਲ ਤਸੱਲੀ ਕਰਾ ਦਿੱਤੀ ਅੱਗੇ ਆ ਗਈ ਹੈ ਜੀ ਝੋਟੀ ਨੰਬਰ 5 ਜੀ ਬਾਜਵਾ ਸਾਹਿਬ ਕਿੰਨਵਾਂ ਸੂਆ ਦਾ ਦੂਸਰਾ ਸੂਆ ਮਾਸ਼ਾਅੱਲਾ ਜੀ ਚੀਜ਼ ਦਾ ਵੀ ਸ਼ਾਨਦਾਰ ਹੈ ਲਿਬਾਸ ਵੀ ਦੋਸਤਾਂ ਵੇਖਣਾ ਚਿਹਰੇ ਦੀ ਖੂਬਸੂਰਤੀ ਵੀ ਚੈੱਕ ਕਰਾਉਣੀ ਹੈ ਲਿਬਾਸ ਚੰਗਾ ਬਾਈ ਇੱਥੇ ਜਾ ਦੇ ਖਿਲਾਰੋ ਜ਼ਰਾ ਠੀਕ ਹੈ ਪਿੱਛੇ ਦੇ ਵੀ ਕੱਟੀ ਕਿੱਦਾਂ ਦੀ ਸੂਈ ਹੈ ਇਹਨੂੰ ਅੱਜ ਪੰਜਵਾਂ ਢੰਗ ਪੰਜਵਾਂ ਦਿਨ ਨੇ ਖਿਲਾਰੋ ਭਾਈ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਪਿੱਛੇ ਦੇ ਕੱਟੀ ਹੈ ਕੱਟੀ ਵੀ ਦੋਸਤਾਂ ਵੇਖ ਲੈਣੀ ਹੈ ਝੋਟੀ ਨੰਬਰ 5 ਤੇ ਦੂਸਰਾ ਸੂਆ ਮਾਸ਼ਾਅੱਲਾ ਚਿਹਰਾ ਵੀ ਦੋਸਤਾਂ ਵੇਖਣਾ ਸਿੰਗੀਆਂ ਚੈੱਕ ਕਰਨੀਆਂ ਥੱਲੇ ਸਿੰਗ ਕੱਜ ਕੱਦਾ ਐਡਾ ਮਾਸ਼ਾ ਬਿਲਕੁਲ ਜੀ ਕਿੰਨਾ ਬੋਲਿਆ ਬਾਜਵਾ ਸਾਹਿਬ ਇਹਦੇ ਕੋਲ ਇਹਦਾ ਬੋਲਾ ਹੋਏਗਾ 14 ਕਿਲੋ ਪੱਕਾ 14 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਪਿੱਛੇ ਦੇ ਕੱਟੀ ਲਿਬਾਸ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ ਦੂਸਰਾ ਸੂਆ ਸੂਈ ਹੈ ਪੰਜਵਾਂ ਦਿਨ ਨੇ ਤੇ ਨੰਬਰ 5 ਤੇ ਨੂੰ ਚੈੱਕ ਕਰਾਉਂਦੇ ਆ ਪੇ ਠੀਕ ਭਾਈ ਜ਼ਰਾ ਜਾ ਬੰਨੋ ਢੋਰ ਕੇ ਲਿਆਇਓ ਲੋ ਜੀ ਦੋਸਤੋ ਲਾਂਗੀ ਦੀ ਚੈੱਕ ਕਰ ਲੈਣੀ ਮੁਕੰਮਲ ਨਜ਼ਾਰਾ ਕਰਨਾ ਲਿਬਾਸ ਫਿਰ ਚੈੱਕ ਕਰਾ ਦਿੰਦੇ ਝੋਟੀ ਨੰਬਰ 5 ਠੀਕ ਹੈ ਭਾਈ ਲੈ ਆਓ ਪੁੱਠਾ ਵੀ ਦੋਸਤਾਂ ਚੈੱਕ ਕਰਨਾ ਮਾਸ਼ਾਅੱਲਾ ਆਓ ਬਾਜਵਾ ਸਾਹਿਬ ਝੋਟੀ ਨੰਬਰ 5 ਦਾ ਰੇਟ ਲਾਓ ਜੀ 2,90,000 ਸਭ ਤੋਂ ਜ਼ਿਆਦਾ ਦੁੱਧ ਬੋਲਾ ਦੇ ਕੋਲ ਹੀ ਹੈ ਜੀ ਇਹਦੇ ਕੋਲ ਠੀਕ ਹੈ 14 ਕਿਲੋ ਦੋਵਾਂ ਟਾਈਮਾਂ ਦਾ ਕੀਮਤ 2,90,000 ਝੋਟੀ ਨੰਬਰ 5 ਸੀ ਅੱਗੇ ਆ ਗਈ ਜੀ ਨੰਬਰ 6 ਤੇ ਕਿੰਨਵਾਂ ਸੋਇਆ ਬਾਜਵਾ ਸਾਹਿਬ ਦਾ
ਇਹਦਾ ਦੂਸਰਾ ਸੂਆ ਸੂਈ ਹੈ ਵੀ ਇਹ ਵੀ ਸੂਈ ਠੀਕ ਹੈ ਦੂਸਰਾ ਸੂਆ ਸੂਈ ਹੈ ਬਾਈ ਜਾ ਤੇ ਲਾਈਓ ਕਿਦਨ ਦੀ ਸੂਈ ਹੈ ਮੁਕੰਮਲ ਸਲੀ ਕਰ ਲੈਣੀ ਸਾਮਤ ਵੀ ਦੋਸਤਾਂ ਵੇਖ ਲੈਣੀ ਬਾਈ ਆਪੀ ਪਰਲੀ ਸਾਈਡ ਤੇ ਥਾਣ ਵੀ ਚੈੱਕ ਕਰਾ ਦਿੰਦੇ ਹਾਂ 12 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਝੋਟੀ ਨੰਬਰ 6 ਠੀਕ ਹੈ ਭਾਈ ਜਾਨ ਜੀ ਬਾਜਵਾ ਸਾਹਿਬ ਝੋਟੀ ਨੰਬਰ 6 ਦਾ ਰੇਟ ਇਹਦਾ ਰੇਟ 2,50,000 ਜੀ ਠੀਕ ਹੈ ਲਓ ਜੀ ਦੋਸਤੋ ਕੀਮਤ ਡਿਮਾਂਡ 2,50,000 ਝੋਟੀ ਨੰਬਰ 6 ਸੀ ਕਮੈਂਟ ਕਰਕੇ ਦੋਸਤਾਂ ਲਾਜ਼ਮੀ ਦੱਸਣਾ ਕਿ ਰੇਟ ਕੈਸੇ ਨੇ ਮਾਸ਼ਾਅੱਲਾ ਜੀ ਰੇਟ ਸਾਡੇ ਮੁਤਾਬਕ ਬਾਜਵਾ ਸਾਹਿਬ ਅੱਜ ਕਾਫੀ ਅੱਛੇ ਲਾਏ ਨੇ 2,50,000 ਝੋਟੀ ਨੰਬਰ 6 ਅੱਗੇ ਆ ਗਈ ਜੀ ਨੰਬਰ 7 ਤੇ ਪਹਿਲਨ ਸੂਈ ਹੈ ਮੂੰਹ ਦੀ ਚੋਗੀ ਪਹਿਲਾ ਸੂਆ ਸੂਈ ਹੈ ਝੋਟੀ ਨੰਬਰ 7 ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਆਹ ਚੈੱਕ ਕਰੋ ਜੀ ਭਾਈ ਜਾਨ ਚਿਹਰਾ ਦਾ ਸਾਹਮਣੇ ਕਰੋ ਬਾਜਵਾ ਸਾਹਿਬ ਕਿਦਾਂ ਦੀ ਸੂਈ ਹੈ 10 ਕੁ ਦਿਨ ਹੋ ਗਏ ਨੇ ਪਹਿਲਨ ਝੋਟੀ ਹੈ ਮੂੰਹ ਦੀ ਚੋਗੀ ਛਿੱਗੀ ਤੇ ਨਹੀਂ ਲੱਗੀ ਹਲੇ ਝੋਟੀ ਨੰਬਰ 7 ਦਾ ਰੇਟ ਇਹਦਾ ਵੀ ਫਰਾਤ 2,20,000 2,20,000 ਸੇਲ ਹੀ ਅੱਜ ਸੇਲ ਹੀ ਜ਼ਿੰਦਾਬਾਦ ਲਓ ਜੀ ਦੋਸਤੋ ਕੀਮਤ ਡਿਮਾਂਡ 2,20,000 ਝੋਟੀ ਨੰਬਰ 7 ਸੀ ਪਹਿਲਨ ਝੋਟੀ ਮਾਸ਼ਾਅੱਲਾ ਜੀ ਮੁਕੰਮਲ ਸਲੀ ਕਰਾਈ ਅੱਗੇ ਆ ਗਈ ਜੀ ਨੰਬਰ 8 ਤੇ ਹੋਰ ਜਾ ਲਓ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਖਿਲਾਰੇ ਭਾਈ ਜਾਨ ਲਿਬਾਸ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਕਿੰਨਵਾਂ ਸੂਆ ਬਾਜਵਾ ਸਾਹਿਬ ਦਾ ਦੂਸਰਾ ਸੂਆ ਸੂਈ ਹੈ ਪੁੱਠਾ ਵੀ ਦੋਸਤਾਂ ਵੇਖਣਾ ਖਿਲਾਰੇ ਭਾਈ ਇੱਥੇ ਜ਼ਰਾ ਮੁਕੰਮਲ ਜਸਾਮਤ ਹਾਈਟ ਦੋਸਤਾਂ ਵੇਖ ਲੈਣੀ ਹੈ ਚਿਹਰਾ ਵੀ ਦੋਸਤ ਠੀਕ ਹੈ ਦੂਸਰਾ ਸੂਆ ਸੂਈ ਹੈ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗ ਸੇਮ ਠੀਕ ਹੈ ਥਾਣ ਵੀ ਦੋਸਤਾਂ ਚੈੱਕ ਕਰਾਉਣਾ ਭਾਈ ਜਾ ਅੱਗੇ ਲੈ ਕੇ ਜਾਣਾ ਨੀ ਵੀ ਦੋਸਤਾਂ ਵੇਖ ਲੈਣੀ ਹੈ ਕਿੰਨਾ ਦੁੱਧ ਬਾਜਵਾ ਸਾਹਿਬ ਦੇ ਕੋਲ ਦੁੱਧ ਹੋਏਗਾ 12 ਕਿਲੋ ਸੂਈ ਕਿਦੋਂ ਦੀ ਹੈ ਵੀਹ ਕੁ ਦਿਨ ਹੋ ਗਏ ਨੇ 12 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਪਿੱਛੇ ਜਾ ਕੇ ਕੱਟੀ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਪਿੱਛੇ ਦੇ ਕੱਟੀ ਝੋਟੀ ਨੰਬਰ 8 12 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 20 ਕੁ ਦਿਨ ਹੋ ਗਏ ਨੇ ਦੂਸਰਾ ਸੂਆ ਸੂਈ ਹੈ ਲਾਵੀਂ ਦੋਸਤਾਂ ਵੇਖ ਲੈਣੀ ਮੁਕੰਮਲ ਨਜ਼ਾਰਾ ਕਰਨਾ ਮਾਸ਼ਾਅੱਲਾ ਥਾਣ ਸੋਹਣੇ ਲੱਗੇ ਨੇ ਲਿਬਾਸ ਫਿਰ ਚੈੱਕ ਕਰਾ ਦਿੰਦੇ ਹਾਂ ਇਹ ਚੈੱਕ ਕਰ ਲਓ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਝੋਟੀ ਨੰਬਰ 8 ਦਾ ਰੇਟ 2,90,000 2,90,000 ਦੁੱਧ 12 ਕਿਲੋ ਇਨਸ਼ਾਅੱਲਾ ਗਰੰਟੀ ਹੋਏਗੀ ਠੀਕ ਹੈ ਜੀ ਨੰਬਰ 8 ਤੇ ਚੈੱਕ ਕਰਾਈਏ ਕੀਮਤ 2,90,000 ਤੁਸੀਂ ਭਾਈ ਉਹ ਨੰਬਰ 10 ਵਾਲੀ ਅੱਗੇ ਖੋਲ ਲਿਆ ਅੱਗੇ ਆ ਗਈ ਜੀ ਨੰਬਰ 9 ਤੇ ਇਹ ਗੱਬਣ ਹੈ ਪਿੱਛੇ ਦੇ ਵੀ ਕੱਟੀ ਹੈ ਮਾਸ਼ਾਅੱਲਾ ਜੀ ਕਿੰਨਵਾਂ ਸੂਆ ਦੂਸਰਾ ਸੂਆ ਭਾਈ ਜੀ ਲੰਮੀ ਰਾਹ ਕੱਟੇ ਹੋ ਰਹੇ ਜ਼ਰਾ ਝੋਟੀ ਨੰਬਰ 9 ਹੈ ਜੀ ਦੂਸਰਾ ਸੂਆ ਸੂਈ ਹੈ ਪਿੱਛੇ ਦੇ ਕੱਟੀ ਹੈ ਪੁੱਠਾ ਤੇ ਦੋਸਤਾਂ ਹੱਡੀ ਵੀ ਚੈੱਕ ਕਰਨੀ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਕਿੱਦਾਂ ਦੀ ਸੂਈ ਹੈ
ਜੀ ਬਾਜਵਾ ਸਾਹਿਬ ਝੋਟੀ ਨੰਬਰ ਇਹ 9 ਦਾ ਰੇਟ ਬਾਈ ਇਹ ਗੁਲਾਬ ਨੰਬਰ 10 ਵਾਲੀ ਇਹਦਾ ਵੀ ਰੇਟ 2,05,000 2,05,000 ਅੱਜ ਤਾਂ ਪੂਰਾ ਖੜਾ ਕੀਤਾ ਜੇ ਹੈ ਅੱਜ ਤਾਂ ਬਾਜਵਾ ਸਾਹਿਬ ਨੇ ਪਿਛਲੀ ਸਾਰੀ ਵੀਡੀਓ ਦੀ ਕਸਰ ਕੱਢ ਛੱਡੀ ਹੈ ਅੱਜ ਮੇਲਾ ਲੁੱਟ ਲਿਆ ਉਹਨੂੰ 2,05,000 ਝੋਟੀ ਨੰਬਰ 9 ਸੀ ਕੀਮਤ 2,05,000 ਟੋਟਲ 10 ਜਾਨਵਰ ਨੇ ਬਾਈ ਇਹ ਗੁਲਾਬ ਜੀ ਨੰਬਰ 10 ਵਾਲੀ ਇਹ ਸਾਈਡ 'ਤੇ ਲਿਆਓ ਅਭੀ ਸੂਈ ਹੈ ਠੀਕ ਹੈ ਅੱਗੇ ਆ ਗਈ ਜੀ ਨੰਬਰ 10 ਤੇ ਮਾਸ਼ਾਅੱਲਾ ਕਾਦਾਵਰ ਚੀਜ਼ ਦੇ ਹਾਈਟ ਦੋਸਤੋ ਵੇਖਣੀ ਹੈ ਚਿਹਰਾ ਵੀ ਚੈੱਕ ਕਰਨੇ ਆ ਮਾਸ਼ਾਅੱਲਾ ਜੀ ਕਾਲੀਆਂ ਅੱਖਾਂ ਇਹ ਪਹਿਲਨ ਝੋਟੀ ਹੈ ਲਾਰ ਬਾਈ ਇੱਥੇ ਹਾਈਟ ਵੇਖ ਲੈਣੀ ਹੈ ਮੁਕੰਮਲ ਤਸਲੀ ਕਰਨੇ ਆ ਦੋਸਤਾਂ ਨੂੰ ਨੰਬਰ 10 ਤੇ ਪਹਿਲਨ ਝੋਟੀ ਕਿਦਨ ਦੀ ਸੂਈ ਹੈ 12 ਕੁ ਦਿਨ ਹੋ ਗਏ ਨੇ ਦੁੱਧ ਕਿੰਨਾ ਬਾਜਵਾ ਸਾਹਿਬ ਇਹਦੇ ਕੋਲ 8-9 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਪਹਿਲਨ ਝੋਟੀ ਹੈ ਮਾਸ਼ਾਅੱਲਾ ਜੀ ਕਿੰਨੇ ਦੰਦੇ ਆ ਚੌਗੀ ਅਭੀ ਜਾ ਕੀ ਬਾਈ ਜਾ ਕੇ ਸਾਹਮਣੇ ਕਰਿਓ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਪਿੱਛੇ ਦੇ ਕੱਟਾ ਦੋਸਤਾਂ ਜਾ ਵੀ ਚੈੱਕ ਕਰ ਲੈਣਾ ਹਾਈਟ ਵੇਖ ਲੈਣੀ ਹੈ ਲਾਮ ਚੈੱਕ ਕਰ ਲੈਣੀ ਹੈ ਪਹਿਲਨ ਝੋਟੀ ਹੈ ਮਾਸ਼ਾਅੱਲਾ ਥਾਣ ਵੀ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ ਆਹ ਚੈੱਕ ਕਰੋ ਜੀ ਵਿਰਲਾ ਵੀ ਦੋਸਤਾਂ ਵੇਖ ਲੈਣੀ ਆ ਧੁੰਨੀ ਦਾ ਵੀ ਨਿਸ਼ਾਨ ਕੋਈ ਡਾਕੇ ਸ਼ਾਕੇ ਨਹੀਂ ਲੱਗੇ ਮੈਂ ਥਾਣ ਮਹੀਂ ਪਤਨੀ ਵੇਖੋ ਤੁਹਾਡੇ ਜੋ ਹਕੀਕਤ ਰਿਐਲਿਟੀ ਉਹ ਦੋਸਤਾਂ ਦੇ ਸਾਹਮਣੇ ਹੀ ਹੈ ਜੀ ਝੋਟੀ ਨੰਬਰ 10 ਠੀਕ ਹੈ ਭਾਈ ਜਾਨ ਜੀ ਬਾਜਵਾ ਸਾਹਿਬ ਝੋਟੀ ਨੰਬਰ 10 ਦਾ ਰੇਟ ਇਹਦਾ 2,60,000 ਰੁਪਇਆ 2,60,000 ਮੂੰਹ ਦੀ ਚੌਗੀ ਠੀਕ ਹੈ ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ ਦੋਸਤਾਂ ਵਾਸਤੇ ਉਧਰ ਸਾਰਾ ਨਹੀਂ ਦੇਣ ਦੇ ਚਲੋ ਠੀਕ ਹੈ ਜੀ ਸ਼ੌਕ ਅੱਛਾ ਕਰਾਇਆ ਤੁਹਾਡੀ ਮਿਹਨਤ ਮਾਸ਼ਾਅੱਲਾ ਚਿਹਰੇਦਾਰੀ ਕੀਤੀ ਹੈ ਅਤੇ ਰੇਟ ਅੱਜ ਮਾਸ਼ਾਅੱਲਾ ਜੀ ਕਾਫੀ ਅੱਛੇ ਨੇ ਦੋਸਤਾਂ ਕਮੈਂਟ ਕਰਕੇ ਦੱਸਣਾ ਵੀ ਝੋਟੀ ਨੰਬਰ 10 ਹੀ ਕੀਮਤ ਡਿਮਾਂਡ 2,60,000 ਸਾਰੇ ਜਾਨਵਰਾਂ ਦੀ ਤਸੱਲੀ ਕਰਾ ਦਿੱਤੀ ਹੈ ਕਸਟਮਰ ਵੀ ਆਏ ਨੇ ਠੀਕ ਵੀਡੀਓ ਵੇਖ ਕੇ ਜੀ ਅਸਲਾਮ ਵਾਲੇਕੁਮ ਸਰ ਕੀ ਹਾਲ ਹੈ ਠੀਕ ਹੋ ਕੀ ਗੱਲ ਆ ਹਾਂ ਜ਼ਰਾ ਸਾਹਮਣੇ ਬਜ਼ੁਰਗਾਂ ਦਾ ਵੀ ਕੋਈ ਪੈਗਾਮ ਲੈਣੇ ਆ ਤੁਹਾਡਾ ਬਜ਼ੁਰਗਾਂ ਦਾ ਪੈਗਾਮ ਲਓ ਮਾਸ਼ਾਅੱਲਾ ਤੁਹਾਨੂੰ ਸਾਡਾ ਡੋਮੈਸਟਿਕ ਪਲੇਅਰ ਹੀ ਨਹੀਂ ਇੰਟਰਨੈਸ਼ਨਲ ਪਲੇਅਰ ਬਣਾ ਲਿਆ ਠੀਕ ਹੈ ਸਰ ਬਸ ਕੀ ਹਾਲ ਅੰਕਲ ਜੀ ਠੀਕ ਹੋ ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਤਾਰਫ ਕਰਵਾ ਦਿਓ ਠੀਕ ਹੈ ਅਤੇ ਬਾਜਵਾ ਸਾਹਿਬ ਦੇ ਪੁਰਾਣੇ ਕਸਟਮਰ ਜਾਂ ਪੁਰਾਣੇ ਜਿਹੜਾ 12 ਕਿਲੋ ਨੰਬਰ 3 ਤੇ ਸੀ ਉਹਦਾ ਜਿੰਨਾ ਲਿਬਾਸ ਸੀ 14-15 ਵੀ ਕਹਿੰਦੇ ਤੇ ਹਜ਼ਮ ਹੋ ਜਾਂਦਾ ਲੇਕਿਨ 12 ਕਿਲੋ ਸੁਣ ਕੇ ਸਾਨੂੰ ਵੀ ਹੈਰਾਨਗੀ ਹੋਈ ਹੈ ਤੇ ਸਾਡਾ ਵੀ ਦਿਲ ਖੁਸ਼ ਹੁੰਦਾ ਕਿ ਜਿਹੜਾ ਦੋਸਤ ਗੱਲਬਾਤ ਜੋ ਹੈ ਵੇ ਉਹੀ ਦੱਸੇ ਕਿਉਂਕਿ ਜਿਹੜੇ ਦੋਸਤ ਵੀਡੀਓ ਵੇਖਦੇ ਨੇ ਇਤਮਾਦ ਦੇ ਸਿਰ ਤੇ ਹੁੰਦੇ ਨੇ ਅੰਕਲ ਜੀ ਇੱਥੇ ਮਜ਼ੀਦ ਜੀ ਅੰਕਲ ਜੀ ਕੀ ਹਾਲ ਹੈ ਠੀਕ ਹੋ ਦੋਸਤਾਂ ਨੂੰ ਪੈਗਾਮ ਦਵੋ ਜੀ ਬਿਲਕੁਲ ਜੀ ਦੋਸਤਾਂ ਨੂੰ ਪੈਗਾਮ ਦੇਵਾਂਗੇ ਬਾਜਵਾ ਸਾਹਿਬ ਕੋਲ ਜਿੰਨੇ ਵੀ ਡੰਗਰ ਨੇ ਮਾਸ਼ਾਅੱਲਾ ਸੋਹਣੇ ਔਰ ਸਾਫ਼ ਸੁਥਰੇ ਡੰਗਰ ਨੇ
ਤੇ ਜਿਹੜਾ ਇਹ ਰੇਟ ਦੱਸਦੇ ਨੇ ਬਿਲਕੁਲ ਇਸ ਪੂਰੇ ਇਲਾਕੇ ਦੇ ਵਿੱਚ ਮੁਨਾਸਿਬ ਰੇਟ ਹੈ। ਔਰ ਜਿਹੜਾ ਦੁੱਧ ਦੱਸਦੇ ਨੇ ਖੰਗੜਾਂ ਦੇ ਰੇਟ ਨੇ, ਖੰਗੜਾਂ ਫੰਡਰਾਂ ਦੇ, ਬਿਲਕੁਲ ਸਹੀ ਦੁੱਧ ਦੱਸਦੇ ਨੇ, ਇਹਦੇ 'ਚ ਕੋਈ ਕਮੀ ਪੇਸ਼ੀ ਨਹੀਂ ਆਉਂਦੀ। ਅਸੀਂ ਕਾਫੀ ਅਰਸੇ ਤੋਂ ਇਹਨਾਂ ਕੋਲ ਡੰਗਰ ਲੈ ਕੇ ਜਾ ਰਹੇ ਹਾਂ, ਔਰ ਡੰਗਰ ਜਿਹੜਾ ਵੀ ਲੈ ਕੇ ਜਾਂਦੇ ਹਾਂ ਸੁਥਰਾ ਡੰਗਰ ਹੁੰਦਾ, ਸਾਫ਼ ਸੁਥਰਾ ਡੰਗਰ ਹੁੰਦਾ ਅਤੇ ਬਿਲਕੁਲ ਸਹੀ ਡੰਗਰ ਹੁੰਦਾ। ਬਾਕੀ ਅੱਗੋਂ ਆਪਣੇ ਪਾਇਆ ਦਾ ਲੈਣਾ ਹੁੰਦਾ, ਜੋ ਤੁਸੀਂ ਪਾਓਗੇ ਉਹ ਤੁਹਾਡਾ ਚੋਣ ਹੈ। ਬਿਲਕੁਲ ਜੀ, ਜਾ ਕੇ ਭੁੱਖੀਆਂ ਬੰਨ ਛੜੋ, ਕਹੋ ਦੁੱਧ ਨਹੀਂ ਦਿੰਦੀਆਂ, ਉਹਦੇ 'ਚ ਫਿਰ ਬਾਜਵਾ ਸਾਹਿਬ ਦਾ ਕੋਈ ਕਸੂਰ ਨਹੀਂ। ਬਿਲਕੁਲ ਜੀ, ਉਹ ਫਿਰ ਸਾਡਾ ਕਸੂਰ ਹੋਏਗਾ। ਅਸੀਂ ਕਹਿ ਦਈਏ ਜੀ ਬਾਜਵਾ ਸਾਹਿਬ ਡੰਗਰ ਨਹੀਂ ਸਹੀ ਦਿੱਤਾ ਜੀ ਜੀ, ਅਤੇ ਇਹ ਤਾਂ ਫਿਰ ਜ਼ਿਆਦਾ ਹੋਏਗੀ। ਆ ਜਾਨਵਰ ਨਾਲ ਵੀ ਜ਼ਿਆਦਾ, ਆਪਣੇ ਆਪ ਨਾਲ ਵੀ। ਜੀ ਸਰ, ਤੁਸੀਂ ਕੋਈ ਦੋਸਤਾਂ ਨੂੰ ਪੈਗਾਮ ਦਿਓ। ਜੀ ਸਰ, ਮਾਸ਼ਾਅੱਲਾ ਅੱਲਾਹ ਤਾਲਾ ਨੇ ਬੜੀ ਕਾਮਯਾਬੀ ਦਿੱਤੀ ਹੈ ਚੌਰੀ ਸਲਾਮਾ ਸਾਹਿਬ ਨੂੰ, ਮਾਸ਼ਾਅੱਲਾ, ਅਤੇ ਬਹੁਤ ਅੱਛਾ ਕੰਮ ਕਰਦੇ ਨੇ। ਜੀ ਜੀ, ਅੱਜ ਉਹਨਾਂ ਨੂੰ ਸਪੈਸ਼ਲ ਰਿਕੁਐਸਟ ਕਰਕੇ ਉਹਨਾਂ ਨੂੰ ਤੁਹਾਡੇ ਨੂੰ ਵੀ ਕਹਿ ਕਿ ਰੇਟ ਜਿਹੜੇ ਨਾ ਅੱਜ ਸਭ ਤੋਂ ਘੱਟ ਲਾਣੇ ਇਲਾਕੇ 'ਚ, ਇਹੋ ਜਿਹੀ ਨਾ ਰੇਟ ਲੱਗੇ ਲਾ। ਇਹ ਸਰ ਇਹ ਨਹੀਂ ਕਿ ਮੂੰਹ ਦੀ ਤਾਰੀਫ ਹੈ, ਅਸੀਂ ਤੁਹਾਨੂੰ ਵੀ ਅਪਰੀਸ਼ੀਏਟ ਕਰਨੇ ਆ। ਤੁਸੀਂ ਬਾਜਵਾ ਸਾਹਿਬ ਨੂੰ ਕਿਹਾ ਜਿਹੜਾ ਕੰਮ ਹੋਇਆ ਨਾ, ਮਾਸ਼ਾਅੱਲਾ, ਇਹ ਸਮਝੋ ਜਿੱਥੇ ਇੱਕ ਸੇਲ ਕਰਨੀ ਉੱਥੇ 10 ਸੇਲ ਹੋਣਗੀਆਂ ਇਨਸ਼ਾਅੱਲਾ। ਇਨਸ਼ਾਅੱਲਾ ਜੀ ਸਰ, ਬੜਾ ਅੱਛਾ ਰਿਸਪਾਂਸ ਹੈ ਤੇ ਮੈਨੂੰ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਸਵੇਰ ਸਾਰੇ ਡੰਗਰ ਸੇਲ ਹੋਣਗੇ। ਜ਼ਿੰਦਾਬਾਦ, ਬਹੁਤ ਸ਼ੁਕਰੀਆ ਸਰ। ਅਜਾਜ਼ਤ ਮੈਨੂੰ ਕਿਸੇ ਦੀ, ਮੈਂ ਕੋਈ ਜਿੱਦ ਨਹੀਂ, ਕੋਈ ਲੈਣੀ ਨਹੀਂ ਦੇਣੀ, ਉਹ ਸਾਰੋ ਰਿੰਨਾ ਇਸ ਪਾਸੇ ਵੀਡੀਓ ਵਾਲੇ ਪਾਸੇ ਇਹਨਾਂ ਲਾਇਆ ਮੈਨੂੰ। ਮੈਂ ਕੋਈ 40-50 ਡੰਗਰ ਅੱਗੇ ਇਹਨਾਂ ਖੜੇ ਨੇ, ਇਹ ਨਹੀਂ ਕੋਈ ਝੂਠੀ ਗੱਲ ਹੈ, ਲੇ ਵੀ ਨੇ ਤੇ ਦਿੱਤੇ ਵੀ ਨੇ। ਜੀ ਜੀ, ਇਹ ਵੀਡੀਓ ਆਉਂਦੇ ਨੇ, ਮੈਂ ਬੜੀ ਵਾਰੀ ਇਹਨਾਂ ਆ ਗਿਆ ਵੀਡੀਓ ਜਿਹੜੀ ਸਰ ਠੀਕ ਆ ਵਾਸ਼ੀ। ਵੇਖੋ ਕਹਿੰਦੇ ਨੇ ਵਕਤ ਦੇ ਮੁਤਾਬਕ ਚੱਲਣਾ ਚਾਹੀਦਾ, ਸੋਸ਼ਲ ਮੀਡੀਆ ਦਾ ਦੌਰ ਹੈ ਹੁਣ, ਸਮਝੋ ਕਿ ਨੈਟ ਤੇ ਆਂਡੇ ਤੋਂ ਲੈ ਕੇ ਮੱਝਾਂ ਗਾਵਾਂ ਤੱਕ ਸੇਲ ਹੋਈਆਂ। ਜੀ ਸਰ, ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।